ਹਰਦੀਪ ਸਿੰਘ ਨਿੱਜਰ ਜਲੰਧਰ ਦੇ ਪਿੰਡ ਭਾਰਤ ਸਿੰਘ ਪੁਰਾ ਦੇ ਰੈਨ ਵਾਲੇ ਸਨ ਉਹ 1992 ਵਿੱਚ ਕੈਨੇਡਾ ਆਏ ਸੀ ਜਿਸ ਤੋਂ ਬਾਅਦ ਕਦੀ ਵਤਨ ਵਾਪਸੀ ਨਹੀਂ ਕੀਤੀ ਕੈਨੇਡਾ ਪਹੁੰਚ ਕੇ ਨਿੱਜਰ ਨੇ ਪਲੰਬਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਨਾਲ ਹੀ ਉਹ ਖਾਲਿਸਤਾਨ ਸਰਗਰਮੀਆਂ ਚ ਭਾਗ ਲੈਂਦੇ ਰਹਿੰਦੇ ਇਹੀ ਕਾਰਨ ਸੀ ਉਹ ਸਿੱਖ ਫੋਰ ਜਸਟਿਸ ਵਿੱਚ ਸ਼ਾਮਲ ਹੋ ਗਿਆ ਗੁਰਪਤਵੰਨ ਸਿੰਘ ਪੰਨੂ ਤੋਂ ਬਾਅਦ ਨਿੱਜਰ ਐਸਏਐਫ ਦਾ ਦੂਜਾ ਆਗੂ ਸੀ ਪਿਛਲੇ ਕੁਝ ਸਾਲਾਂ ਚ ਉਹਨਾਂ ਦਾ ਨਾਮ ਤੇਜ਼ੀ ਨਾਲ ਚਰਚਾ ਵਿੱਚ ਆਉਣ ਲੱਗਾ ਹਾਲਾਂਕਿ ਸਰੀਚ ਰੈਂਡ ਵਾਲੇ ਲੋਕਾਂ ਮੁਤਾਬਕ ਨਿੱਜਰ ਨਿੱਗੇ ਸੁਭਾ ਦੇ ਮਾਲਕ ਸੀ ਉਸਨੇ ਕਈ ਲੋੜਵੰਦਾਂ ਦੀ ਮਦਦ ਕੀਤੀ ਭਾਰਤ ਤੋਂ ਜੋ ਵੀ ਬ੍ਰਿਟਿਸ਼ ਕਲੰਬੀਆ ਚ ਆਉਂਦਾ ਸੀ ਨਿੱਜਰ ਉਸਦੀ ਮਦਦ ਲਈ ਤਿਆਰ ਰਹਿੰਦੇ ਪਰ ਦੂਜੇ ਪਾਸੇ ਜੋ ਭਾਰਤ ਵਿੱਚ ਨਿੱਜਰ ਪ੍ਰਤੀ ਰਿਪੋਰਟਸ ਨੇ ਉਹ ਇਹ ਦਰਸਾਉਂਦੀਆਂ ਨੇ ਕਿ ਐਨਆਈਏ ਵੱਲੋਂ ਉਸ ਨੂੰ ਅਧਿਕਾਰਿਕ ਤੌਰ ਤੇ ਪਗੋੜਾ ਕੋਸ਼ਿਦ ਕੀਤਾ ਗਿਆ ਸੀ ਉਹਨਾਂ ਦੇ ਸਿਰ ਤੇ